ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬ ਵੈਦਰ ਟੀਵੀ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਗੱਲਬਾਤ ਕਰਦੇ ਆ 25 ਜੂਨ ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਆ ਪਹਿਲੀ ਖਬਰ ਤੋਂ ਪੰਜਾਬ ਦੇ ਵਿੱਚ ਹਰ ਪਰਿਵਾਰ ਨੂੰ 200 ਯੂਨਿਟ ਦੀ ਫ੍ਰੀ ਬਿਜਲੀ ਦੇਣ ਦੀ ਤਿਆਰੀ ਕੈਪਟਨ ਸਰਕਾਰ ਚੁੱਕ ਸਕਦੀ ਹੈ ਇਹ ਵੱਡਾ ਕਦਮ ਜੀ ਹਾਂ ਦੋਸਤੋ ਪੰਜਾਬ ਦੇ ਲੋਕਾਂ ਨੂੰ ਜਲਦ ਹੀ ਵੱਡਾ ਤੋਹਫ਼ਾ ਮਿਲ ਸਕਦਾ ਹੈ ਸੂਬੇ ਦੀ ਕਾਂਗਰਸ ਸਰਕਾਰ ਸਾਰੇ ਪਰਿਵਾਰਾਂ ਨੂੰ 200 ਯੂਨਿਟ ਫ੍ਰੀ ਬਿਜਲੀ ਦੇਣ ਦੀ ਤਿਆਰੀ ਕਰੀ ਆ 2022 ਦੇ ਪੰਜਾਬ ਵਿધાનਸਭਾ ਚੋਣ ਦੇ ਮੱਦੇਨਜ਼ਰ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਹ ਕਾਰਮਾ اٹھਾਉਣ ਦੀ ਤਿਆਰੀ ਦੇ ਵਿੱਚ ਹੈ ਤੇ ਸੂਬੇ ਦੇ ਵਿੱਚ ਮਹਿੰਗੀ ਬਿਜਲੀ ਦੇ ਨਾਲ ਕਾਂਗਰਸ ਘਬराई ਹੋਈ ਹੈ ਤੇ ਇਸ ਕਾਰਨ ਪਾਰਟੀ ਹਾਈ ਕਮਾਂਡ ਦੇ ਵੱਲੋਂ ਕੈਪਟਨ ਨੂੰ ਦਿੱਤੇ ਗਏ 18 ਬਿੰਦੂ ਤੇ ਕੰਮਾਂ ਦੇ ਵਿੱਚ ਮੁਫਤ ਬਿਜਲੀ ਮੌਖਾ ਰੂਪ ਵਿੱਚ ਸ਼ਾਮਲ ਹੈ ਤੇ ਦਰਸਲ ਪੰਜਾਬ ਕਾਂਗਰਸ ਦੀ ਕਲੇਸ਼ ਨੂੰ ਖਤਮ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਦੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ 18 ਪੁਆਇੰਟ ਦਾ ਏਜੰਡਾ ਦਿੱਤਾ ਹੈ ਤੇ ਇਹਨਾਂ 18 ਪੁਆਇੰਟਾਂ ਵਿੱਚ ਸਭ ਤੋਂ ਅਹਿਮ ਹਰ ਘਰ ਨੂੰ 200 ਯੂਨਟ ਫ੍ਰੀ ਬਿਜਲੀ ਦੇਣਾ ਸ਼ਾਮਲ ਹੈ ਤੇ ਪੰਜਾਬ ਦੇ ਵਿੱਚ ਘਰੇਲੂ ਸੈਕਟਰ ਦੀ ਮਹਿੰਗੀ ਬਿਜਲੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਵੱਡਾ ਮੁੱਦਾ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਸ਼ਹਿਰੀ ਵਰਗ ਵਿੱਚ ਵੀ ਰੋਸ ਪਾਇਆ ਜਾ ਰਿਹਾ ਤੇ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਜਾਨਕੀ ਕਾਂਗਰਸ ਸਰਕਾਰ ਨੇ ਆਮ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤਾ ਰੱਦ ਕਰਕੇ ਉਹ ਬਿਜਲੀ ਦਰਾਂ ਵਿੱਚ ਆਮ ਲੋਕਾਂ ਨੂੰ ਰਾਹਤ ਦੇਵੇਗੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਇਹ ਕੰਮ ਚੁੱਕਿਆ ਹੈ ਤੇ ਕਿਹਾ ਹੈ ਕਿ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਸਮਝੌਤਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਸੂਬੇ ਦੇ ਵਿੱਚ ਹੁਣ ਖੇਤੀ ਦਲਤ ਅਤੇ ਪੇਛੜੇ ਅਤੇ ਉਦਯੋਗਾਂ ਨੂੰ ਫ੍ਰੀ ਬਿਜਲੀ ਜਾਂ ਸਬਸਿਡੀ ਦੇ ਕੇ ਰਾਹਤ ਦਿੱਤੀ ਜਾ ਰਹੀ ਹੈ ਪਰ ਘਰੇਲੂ ਅਤੇ ਕਮਰਸ਼ੀਅਲ ਸੈਕਟਰ ਤੇ ਇਹਦਾ ਬੋਝ ਵੱਧ ਰਿਹਾ ਤੇ ਆਮ ਆਦਮੀ ਪਾਰਟੀਆਂ ਨੇ ਹੋਰ ਅਬਰੁਧੀ ਪਾਰਟੀਆਂ ਨੇ ਵੀ ਮਹਿੰਗੀ ਬਿਜਲੀ ਨੂੰ ਮੁੱਦਾ ਬਣਾਇਆ ਹੋਇਆ ਤੇ ਕੰਮ ਪੰਜਾਬ ਕਾਂਗਰਸ ਦੀ ਕਲੇਸ਼ ਨੂੰ ਸ਼ਾਂਤ ਕਰਨ ਦੇ ਲਈ ਬਣਾਈ ਗਈ ਕਮੇਟੀ ਦੇ ਸਾਹਮਣੇ ਵੀ ਵਿਧਾਇਕਾਂ ਨੇ ਮਹਿੰਗੀ ਬਿਜਲੀ ਦਾ ਮੁੱਦਾ ਚੁੱਕਿਆ ਹੈ ਇਸ ਤੋਂ ਇਲਾਵਾ ਉਠਾਏ ਗਏ ਹੋਰ ਮੁੱਦਿਆਂ ਦੇ ਆਧਾਰ ਤੇ ਜਿਨ੍ਹਾਂ ਨੂੰ 18 ਮੁੱਦਿਆਂ ਦੀ ਸੂਚੀ ਭੇਜੀ ਗਈ ਤੇ ਉਹਨਾਂ ਵਿੱਚ ਸਾਰੇ ਪਰਿਵਾਰਾਂ ਨੂੰ 200 ਯੂਨਿਟ ਫ੍ਰੀ ਬਿਜਲੀ ਦੇਣ ਦਾ ਮਾਮਲਾ ਵੀ ਹੈ ਅਗਲੀ ਖਬਰ ਆ ਰਹੀ ਹੈ ਜੀ ਆਪ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਦੌਰਾਨ ਬਲਬੀਰ ਰਾਜੇਵਾਲ ਦਾ ਵੱਡਾ ਬਿਆਨ ਜੀ ਹਾਂ ਦੋਸਤੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਦਰਮਿਆਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਰਾਜੇਵਾਲ ਨੇ ਕਹਿ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਇਹ ਭਾਜਪਾ ਦਾ ਨਵਾਂ ਪੈਂਤੜਾ ਹੈ ਜਦਕਿ ਅਸਲੀਅਤ ਵਿੱਚ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਉਹਨਾਂ ਨੇ ਕਹਿ ਕੇ ਕਿਸਾਨ ਅੰਦੋਲਨ ਦੇ ਕਾਰਨ ਮੋਦੀ ਸਰਕਾਰ ਘੁਬਾਈ ਪਈ ਹੈ ਤੇ ਇਸ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਹਰ ਰੋਜ਼ ਨਵਾਂ ਝੂਠਾ ਪ੍ਰਚਾਰਿਆ ਜਾ ਰਿਹਾ ਹੈ ਤੇ ਉਸ ਵਿੱਚ ਕੋਈ ਵੀ ਸੱਚ ਨਹੀਂ ਹੈ ਤੇ ਬਲਬੀਰ ਸਿੰਘ ਰਾਜੇਵਾਰ ਨੇ ਭਾਇ ਭਾ ਸ਼ੁਰੂ ਤੋਂ ਹੀ ਕਿਸਾਨੀ ਕੋ ਨੂੰ ਬਦਨਾਮ ਕਰ ਲਈ ਕਈ ਪੈਂਤੜੇ ਅਪਣਾ ਚੁੱਕੇ ਹੈ ਤੇ ਉਸੇ ਤਰ੍ਹਾਂ ਉਹਨਾਂ ਨੇ ਇੱਕ ਨਵਾਂ ਸੂਸਾ ਅਪਣਾਇਆ ਹੈ ਤੇ ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਬਲਬੀਰ ਸਿੰਘ ਰਾਜੇਵਾਰ ਨੇ ਕਹਿ ਕੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਮੈਂ ਆਪ ਵਿੱਚ ਸ਼ਾਮਲ ਹੋ ਰਾਂ ਅਤੇ ਮੈਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਐਲਾਨਿਆ ਜਾਵੇਗਾ ਪਰ ਅਸਲੀਅਤ ਇਹ ਹੈ ਕਿ ਮੈਂ ਪਿਛਲੇ 1 ਸਾਲ ਤੋਂ ਆਮ ਆਦਮੀ ਪਾਰਟੀ ਦੇ ਕਿਸੇ ਛੋਟੇ ਲੀਡਰ ਨੂੰ ਵੀ ਨਹੀਂ ਮਿਲਿਆ। ਉਹਨਾਂ ਨੇ ਕਹਿ ਕੇ ਕਈ ਵਾਰ ਕੁਝ ਜਥੇ ਬੰਨਿਆ ਜੇਕਰ ਮੈਨੂੰ ਇਸ ਤਰ੍ਹਾਂ ਦੀ ਕੋਈ ਸਲਾਹ ਵੀ ਦਿੰਦਿਆਂ ਤਾਂ ਮੈਂ ਉਹਨਾਂ ਨੂੰ ਸਪਸ਼ਟ ਕਹਿ ਦਿੰਦਾ ਹਾਂ ਕਿ ਮੇਰਾ ਨਿਸ਼ਾਨਾ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ ਨਾ ਕਿ ਕਿਸੇ ਪਾਰਟੀ ਵਿੱਚ ਰਲਣਾ। ਅਗਲੀ ਖਬਰ ਆ ਰਹੀ ਹੈ ਜੀ ਬੇਜਮੀਨੇ ਖੇਤੀ ਕਾਮਿਆਂ ਨੂੰ ਮਿਲੇਗੀ 560 ਕਰੋੜ ਰੁਪਏ ਦੀ ਰਾਹਤ ਮੁੱਖ ਮੰਤਰੀ ਨੇ ਕੀਤਾ ਐਲਾਨ ਜੀ ਹਾਂ ਦੋਸਤੋ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਭਗਤ ਕਬੀਰ ਚੇਅਰ ਸਥਾਪਿਤ ਕਰਨ ਅਤੇ ਜਲੰਧਰ ਦੇ ਵਿੱਚ ਭਗਤ ਕਬੀਰ ਪਵੰਦੇ ਵਿਕਾਸ ਦੇ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਗਤ ਕਬੀਰ ਜੀ ਦੀ ਜਨਮ ਦਿਨ ਦੇ ਮੌਕੇ ਮੁੱਖ ਮੰਤਰੀ ਨੇ ਕਰਜ਼ਾ ਰਾਹਤ ਸਕੀਮ ਦੇ ਤਹਿਤ ਬੇਜਮੀਨ ਖੇਤ ਕਾਮਿਆਂ ਨੂੰ ਛੇਤੀ ਹੀ 560 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਉਂਦਾ ਵੀ ਐਲਾਨ ਕੀਤਾ ਹੈ ਤੇ ਮੁੱਖ ਮੰਤਰੀ ਨੇ ਕਹਿ ਕੇ ਸੰਤ ਕਬੀਰ ਜੀ ਦੀ ਯਾਦ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਚੇਅਰ ਦੇ ਵੱਲੋਂ ਮਹਾਨ ਕਵੀ ਦੇ ਜੀਵਨ ਅਤੇ ਫਿਲਾਸਫੀ ਬਾਰੇ ਖੋਜ ਕੀਤੀ ਜਾਵੇਗੀ ਤੇ ਉਹਨਾਂ ਨੇ ਕਹਿ ਕੇ ਭਗਤ ਕਬੀਰ ਭਵਨ ਲਗਭਗ 77 ਏਕੜ ਰਕਵੇ ਵਿੱਚ ਬਣਾਇਆ ਜਾਵੇਗਾ ਤੇ ਜਿਸ ਵਿੱਚ 13000 ਸਕਰ ਫੁੱਟ ਕਵਾਰਡਰ ਰੱਖਵੇ ਵਿੱਚ 500 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਕਮਿਊਨਿਟੀ ਹਾਲ ਹੋਵੇਗਾ ਤੇ ਉਨ੍ਹਾਂ ਦਾ ਲਗਭਗ 10 ਕਰੋੜ ਰੁਪਏ ਵਿੱਚੋਂ 3 ਕਰੋੜ ਰੁਪਏ ਦੇ ਭਵਨ ਨਿਰਮਾਣ ਉਤੇ ਖਰਚ ਕੀਤੇ ਜਾਣਗੇ ਜਦਕਿ 7 ਕਰੋੜ ਰੁਪਏ ਦੀ ਜ਼ਮੀਨ ਤੇ ਖਰਚ ਕੀਤੇ ਜਾਣਗੇ। ਅਗਲੀ ਖਬਰ ਆ ਰਹੀ ਹੈ ਜੀ ਬਾਦਲਾ ਨੂੰ ਸੁੱਟੋ ਜੇਲ੍ਹ ਵਿੱਚ ਕਰਦੇ ਹੋ ਰਾਜ ਕੇ ਬਦਨਾਮ ਸੂਨੀਆ ਨੇ ਚਾੜੇ ਹਨ ਅਮਰਿੰਦਰ ਸਿੰਘ ਨੂੰ ਆਦੇਸ਼ ਮਜੀਠੀਆ ਜੀहां ਦੋਸਤੋ ਕੋਟਕਪੂਰਾ ਗੋਲੀकांड ਮਾਮਲੇ ਦੇ ਬਹਾਨੇ ਬਾਦਲਾ ਨੂੰ ਫੜ ਕੇ ਜੇਲ੍ਹ ਵਿੱਚ ਡੱਕਦੇ ਉਤੇ ਧਾਰਮਿਕ ਮੁੱਦੇ ਤੇ ਬਦਨਾਮੀ ਕਰਦੇ ਹੋਏ ਅਕਾਲੀ ਦਾਲੂ ਨੁਕਸਾਨ ਪੰਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਰ ਹੱਦਾਂ ਨੂੰ ਪਾਰ ਕੀਤਾ ਜਾ ਰਿਹਾ ਹੈ ਤੇ ਇਹ ਕਹਿਣਾ ਹੈ ਮਜੀਠੀਆ ਦਾ ਤੇ ਇਸ ਦਾ ਸਾਰਾ ਫਾਇਦਾ ਕਾਂਗਰਸ ਪਾਰਟੀ ਨੂੰ ਹੋ ਹੀ ਹੋਵੇਗਾ ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਹੋਈ ਪਤਲੀ ਹਾਲਤ ਨੂੰ ਦੇਖਦੇ ਹੋਏ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਹਨ ਤੇ ਇਹ ਦਾਵਾ ਸਾਬਕਾ ਮੰਤਰੀ ਅਤੇ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਕਰ ਰਹੇ ਹਨ ਵਿਕਰਮਜੀਤ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰেন্স ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਤਰ ਹਰ ਕਿਸੇ ਕੋਲ ਹੁੰਦੇ ਹਨ ਤੇ ਉਹਨਾਂ ਦੇ ਸੂਤਰਾਂ ਦੇ ਅਨੁਸਾਰ ਜਲਦ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਤੇ ਮੌਜੂਦਾ ਮਾਮਲੇ ਵਿੱਚ ਪਹਿਲਾਂ ਤੋਂ ਹੀ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਪਹਿਲਾਂ ਤੋਂ ਹੀ ਜਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਧਾਰਮਿਕ ਮੁੱਦੇ ਦਾ ਸਿਆਸੀ ਲਾਹਾ ਲੈਣ ਦੇ ਲਈ ਇੰਦਰਾ ਗਾਂਧੀ ਵਰਤੂ ਕੀਤੀ ਗਈ ਤੇ ਕਤਲੇਆਮ ਤੱਕ ਕਰਵਾ ਦਿੱਤਾ ਸੀ ਤੇ ਹੁਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਉਸੇ ਰਾਹ ਤੇ ਚੱਲ ਰਹੇ ਹਨ ਜਿਸ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਦੇਸ਼ ਵੀ ਉਹਨਾਂ ਨੇ ਜਾਰੀ ਕਰ ਦਿੱਤੇ ਗਏ ਹਨ ਅਗਲੀ ਖਬਰ ਆ ਰਹੀ ਹੈ ਜੀ ਕਿਸਾਨ ਅੰਦੋਲਨ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਦੋ ਫਾੜ ਹੋਇਆ ਸੰਯੁਕਤ ਕਿਸਾਨ ਮੋਰਚਾ ਜੀਹਾਂ ਦੋਸਤੋ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ ਤਕਰੀਬਨ 7 ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਲੱਗ ਚੁੱਕਿਆ ਹੈ ਦਿੱਲੀ ਤੋਂ ਤਕਰੀਬਨ 100 ਕਿਲੋਮੀਟਰ ਦੂਰ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੋ ਫਾੜ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਸਰ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਦੇਖਿਆ ਜਾ ਸਕਦਾ ਹੈ ਜਾਣਕਾਰੀ ਦੇ ਮੁਤਾਬਕ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਅਨਾਜ ਮੰਡੀ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਦੇ ਵਿੱਚ ਅਧਿਕਾਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਰ ਕਿਸਾਨ ਸੰਗਠਨਾਂ ਦੇ ਤਾਲਮੇਲ ਦੇ ਨਾਲ ਕੰਮ ਨਾ ਕਰਨਾ ਤੇ ਬੈਠਕਾਂ ਵਿੱਚ ਹਿੱਸਾ ਨਾ ਲੈਣ ਦਾ ਦੋਸ਼ ਲਾਇਆ ਹੈ ਕਿਸਾਨ ਭਵਨ ਵਿੱਚ ਆਮ ਆਦਮੀ ਪਾਰਟੀ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਈ ਬੈਠਕ ਵਿੱਚ ਚੜੂਨੀ ਗਰੁੱਪ ਦੇ ਵਿਧਾਨ ਸਭਾ ਕੈਰਾਉਬੇ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ ਗਿਆ ਹੈ ਤੇ ਦੂਜੇ ਪਾਸੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਮਾਈਲ ਸਿੰਘ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੇ 26 ਜੂਨ ਨੂੰ ਚੰਨੀਗੜ੍ਹ ਵਿੱਚ ਕੀਤੇ ਜਾਣ ਰਹੇ ਹਰਿਆਣਾ ਵਿਧਾਨ ਸਭਾ ਕਿਰਾਓ ਵਿੱਚ ਜ਼ਿਲ੍ਹੇ ਤੋਂ ਵੀ ਕਿਸੇ ਕਿਸਾਨ ਸੰਗਠਨ ਦੇ ਮੈਂਬਰ ਸ਼ਾਮਲ ਹੋਣਗੇ ਤੇ ਬੈਠਕ ਵਿੱਚ ਸੰਗਠਨ ਦਾ ਵਿਸਤਾਰ ਕੀਤਾ ਗਿਆ ਜਿਸ ਵਿੱਚ ਈਸ਼ਵਰ ਸਿੰਘ ਮਹਲਬਾਤ ਬਾਲਾ ਅਤੇ ਨੂਰੇ ਬਾੜੀ ਜ਼ਿਲ੍ਹਾ ਵਿੱਚ ਉਪ ਪ੍ਰਧਾਨ ਅਤੇ ਧਰਮਵੀਰ ਗਾਮੜਿਆ ਨੂੰ ਨਾਹੜ ਬਲਾਕ ਪ੍ਰਧਾਨ ਦੇ ਬੁਲਾਰੇ ਕੁਲਦੀਪ ਸਿੰਘ ਨੂੰ ਸੀਨੀਅਰ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਗਲੀ ਖਬਰ ਆ ਰਹੀ ਹੈ ਜੀ 85 ਦੇਸ਼ਾਂ ਵਿੱਚ ਫੈਲਿਆ ਕਰੋਨਾ ਦਾ ਡੈਲਟਾ ਵੇਰੀਐਂਟ ਲਿਆ ਸਕਦਾ ਹੈ ਤਬਾਹੀ WHO ਕਰੋਨਾ ਦੀ ਦੂਜੀ ਲਹਿਰ ਹੁਣ ਥੋੜੀ ਰੁਕ ਗਈ ਹੈ ਪਰ ਖਤਰਾ ਹਜੇ ਵੀ ਖਤਮ ਨਹੀਂ ਹੋਇਆ ਤੇ ਮਹਾਰ ਵਰ بار ਤੀਜੀ ਲਹਿਰ ਦੀ ਚੇਤਾਵਨੀ ਦੇ ਰਹੇ ਹਨ ਤੇ ਇਸ ਦੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਦੇ ਡੈਲਟਾ ਵੇਰੀਐਂਟ ਬਾਰੇ ਪੂਰੀ ਦੁਨੀਆ ਨੂੰ ਚੇਤਾਵਨੀ ਦਿੱਤੀ ਅਤੇ WHO ਦੇ ਅਨੁਸਾਰ ਡੈਲਟਾ ਰੂਪ ਹੁਣ ਤੱਕ ਦਾ ਵਿਸ਼ਵ ਦੇ 85 ਦੇਸ਼ਾਂ ਦੇ ਵਿੱਚ ਫੈਲ ਚੁੱਕਾ ਹੈ ਤੇ ਜੀ ਰੁਝਾਨ ਜਾਰੀ ਰਿਹਾ ਤਾਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਤਬਾਹੀ ਹੋ ਸਕਦੀ ਹੈ ਦੱਸ ਰਿਹਾ ਹੈ ਕਰੋਨਾ ਦਾ ਇਹ ਵੇਰੀਐਂਟ ਦੂਜੇ ਦੇ ਮੁਕਾਬਲੇ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤੇ WHO ਦੇ ਦੁਆਰਾ ਜਾਰੀ ਕੀਤੇ ਗਏ ਕਰੋਨਾ ਦੇ ਹਫਤਾਵਾਰੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਦਾ 알파 ਰੂਪ 170 ਦੇਸ਼ਾਂ ਵਿੱਚ ਫੈਲ ਗਿਆ ਹੈ ਤੇ ਬੀਟਾ 119 ਦੇਸ਼ਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਦਕਿ ਗਾਮਾ ਵੇਰੀਐਂਟ 71 ਦੇਸ਼ਾਂ ਵਿੱਚ ਪਾਇਆ ਗਿਆ ਹੈ ਕੰਮ ਦੀ ਖਬਰ 1 ਜੁਲਾਈ ਤੋਂ ਬਦਲ ਜਾਣਗੇ ਕਈ ਨਿਯਮ ਜੀਹਾਂ ਦੋਸਤੋ 1 ਜੁਲਾਈ ਤੋਂ ਆਮ ਆਦਮੀ ਦੇ ਨਾਲ ਜੁੜੇ ਹੋਏ ਕਈ ਨਿਯਮ ਬਦਲ ਜਾਣਗੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਹੋਵੇਗਾ ਐਲਪੀਜੀ ਸਿਲੰਡਰ ਦੀਆਂ ਕੀਮਤਾਂ 1 ਜੁਲਾਈ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤਬਦੀਲੀ ਹੋ ਸਕਦੀ ਹੈ ਤੇ ਤੇਲ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਦੀਆਂ ਕੀਮਤਾਂ ਤੈਅ ਕਰਦੀਆਂ ਹਨ ਵੇਖਣਾ ਹੋਏਗਾ ਕਿ ਇਹ ਹੋਵੇਗਾ ਕਿ ਤੇਲ ਕੰਪਨੀਆਂ ਜੁਲਾਈ ਦੇ ਵਿੱਚ ਐਲਪੀਜੀ ਅਤੇ ਪਾਰਗ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰਦੀਆਂ ਹਨ ਜਾਂ ਨਹੀਂ ਦੂਜਾ SBI ਬਦਲਣ ਜਾ ਰਿਹਾ ਹੈ ਇਹ ਨਜ਼ਮ ਦੇਖਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਸਟੇਟ ਬੈਂਕ ਆਫ ਇੰਡੀਆ 1 ਜੁਲਾਈ ਤੋਂ ਆਪਣੇ ATM ਤੋਂ ਪੈਸੇ ਕਢਵਾਉਣ ਅਤੇ ਬੈਂਕ ਬ੍ਰਾਂਚ ਤੋਂ ਪੈਸੇ ਕਢਵਾਉਣ ਅਤੇ ਚੈੱਕ ਬੁੱਕ ਬਾਰੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ ਹਰ ਮਹੀਨੇ 4 ਮੁਫਤ ਨਗਦ ਕਢਵਾਉਣਾ SBI ਬੇਸਿਕ ਸੁਭੇਸ਼ਿੰਗ ਬੈਂਕ ਦਾ ਜਮਾ ਖਾਤਾ ਧਾਰਕਾਂ ATM ਅਤੇ ਬੈਂਕ ਸ਼ਾਖਾਾਂ ਸਮੇਤ ਉਪਲਬਧ ਹੋਣਗੇ ਤੇ ਬੈਂਕ ਮੁਫਤ ਲਿਮਟ ਤੋਂ ਬਾਅਦ ਹਰ ਟ੍ਰਾਂਜੈਕਸ਼ਨ ਤੇ 15 ਰੁਪਏ ਤੋਂ ਜ਼ਿਆਦਾ ਜੀਐਸਟੀ ਲਗਾਵੇਗਾ ਤੇ ਹੋਰ ਬ੍ਰਾਂਚਾਂ ਤੇ ਏਟੀਐਮ ਅਤੇ ਗੈਰ ਐਸਬੀਆਈ ਏਟੀਐਮ ਤੇ ਨਕਦ ਕਢਵਾਉਣ ਤੇ ਖਰਚੇ ਲਾਗੂ ਹੋਣਗੇ ਤੇ ਐਸਬੀਆਈ ਬੀਐਸਬੀਡੀ ਖਾਤਾ ਧਾਰਕਾਂ ਨੂੰ ਵਿੱਤੀ ਸਾਲ ਵਿੱਚ 10 ਕਾਪੀਆਂ ਤੇ ਚੈੱਕ ਮਿਲਦੇ ਹਨ ਤੇ ਹੁਣ 10 ਚੈੱਕ ਵਾਲੀ ਕਾਪੀ ਬੁੱਕ ਤੇ ਲਗਭਗ 40 ਰੁਪਏ ਤੋਂ ਬਾਅਦ ਜੀਐਸਟੀ ਲਵੇਗਾ ਤੇ 25 ਪੰਨਿਆਂ ਵਾਲੀ ਚੈੱਕ ਬੁੱਕ ਤੇ 75 ਰੁਪਏ 10 ਪੰਨਿਆਂ ਵਾਲੀ ਐਮਰਜੈਂਸੀ ਚੈੱਕ ਬੁੱਕ ਤੇ 50 ਰੁਪਏ ਤੇ ਜੀਐਸਟੀ ਲੱਗੇਗਾ ਬਜ਼ੁਰਗ ਨਾਗਰ ਕਾਨੋਂ ਵੀ ਚੈੱਕਅਪ ਬੁੱਕਾਂ ਤੇ ਨਵੇਂ ਚਾਰਜਸ ਤੋਂ ਛੋਟ ਮਿਲੇਗੀ। ਅਗਲੀ ਖਬਰ ਆ ਰਹੀ ਹੈ ਜੀ ਪੰਜਾਬ, ਦਿੱਲੀ ਸਣੇ ਹੋਰ ਸੂਬਿਆਂ ਦੇ ਵਿੱਚ ਜੂਨ ਦੇ ਅੰਤ ਤੱਕ ਨਹੀਂ ਹੋਵੇਗੀ بارش 40 ਡਿਗਰੀ ਤੱਕ ਰਵੇਗਾ ਪਾਰਾ ਜੀ ਹਾਂ ਦੋਸਤੋ ਦਿੱਲੀ ਦੇ ਵਿੱਚ 13 ਦਿਨਾਂ ਦੇ ਅੰਤਰਾਲ ਤੋਂ ਬਾਅਦ ਬੁੱਧਵਾਰ ਨੂੰ ਪਾਰਾ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਤੇ ਭਾਰਤ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਈਐਮਡੀ ਦੇ ਖੇਤਰੀ ਪੂਰਬ ਅਨੁਮਾਨ ਦੇ ਅਨੁਸਾਰ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀ ਵਾਸਤਵ ਨੇ ਕਹਿ ਕੇ ਰਾਜ ਦੇ ਜੂਨ ਦੇ ਅੰਤ ਤੱਕ ਰਾਜਧਾਨੀ ਵਿੱਚ ਮੌਨਸੂਨ ਦੀ بارش ਹੋਣ ਦੀ ਕੋਈ ਵੀ ਸੁਭਾਵਨਾ ਨਹੀਂ ਹੈ ਤੇ ਉਦੋਂ ਤੱਕ ਬਾਅਦ ਤਵਾਰ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦੀ ਸੁਭਾਵਨਾ ਹੈ ਉਹਨਾਂ ਨੇ ਕਹਿ ਕੇ ਲੂਨ ਚੱਲਣ ਦੀ ਉਮੀਦ ਨਹੀਂ ਹੈ ਆਈਐਮਡੀ ਦੇ ਅਨੁਸਾਰ ਮੌਨਸੂਨ ਕੇਰਲ ਦੇ ਵਿੱਚ 2 ਦਿਨ ਦੇਰੀ ਦੇ ਨਾਲ ਪਹੁੰਚਿਆ ਹੈ ਤੇ ਜਿ세ਦੇ ਚੱਲਦੇ ਹੋਏ ਪੂਰਬ ਮੱਧ ਅਤੇ ਉੱਤਰੀ ਪੱਛਮੀ ਭਾਰਤ ਵਿੱਚ ਆਮ ਤੌਰ 'ਤੇ 7 ਤੋਂ 10 ਦਿਨ ਪਹਿਲਾਂ بارش ਹੋਈ ਹੈ ਤੇ ਵਿਭਾਗ ਨੇ ਕਹਿ ਕੇ ਜੂਨ ਦੇ ਅੰਤ ਤੱਕ ਦਿੱਲੀ ਪੰਜਾਬ, ਰਾਜਸਥਾਨ, ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੁਭਾਵਨਾ ਫਿਲਹਾਲ ਨਹੀਂ ਹੈ। ਸ਼ਿਰਵਾਸਤਵ ਨੇ ਕਿਹਾ ਕਿ 26 ਜੂਨ ਨੂੰ ਦਿੱਲੀ ਐਂਸੀਆਰ ਵਿੱਚ ਹਾਲਕੀ ਬਾਰਿਸ਼ ਹੋ ਸਕਦੀ ਹੈ ਅਤੇ ਸਕਾਈਮੈਟ ਮੌਸਮ ਦੇ ਮਹੇਸ਼ ਪਲਾਵਤ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ ਦਿੱਲੀ ਵਿੱਚ ਮੌਨਸੂਨ ਦੇ ਬਾਰਿਸ਼ ਹੋਣ ਦੀ ਸੁਭਾਵਨਾ ਹੈ।